ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਤੋਂ 314 ਕਿਲੋਮੀਟਰ ਵੈਸਟ ਵਿੱਚ ਪੈਂਦੀ ਇੱਕ ਜਗ੍ਹਾ ਵੀਐਮਵਿਲਾ। 12 ਦਸੰਬਰ 2022, ਟਾਈਮ ਹੀ ਸ਼ਾਮ ਦੇ 4:30 ਵਜੇ ਦਾ। ਕੁਈਨਸਲੈਂਡ ਪੁਲਿਸ ਦੇ 4 ਪੁਲਿਸ ਆਫਿਸਰ ਇੱਕ ਨਥੈਨੀਅਲ ਟ੍ਰੇਨ ਨਾਮ ਦੇ ਬੰਦੇ ਨੂੰ ਲੱਭਦੇ ਪਹੁੰਚਦੇ ਆ 251 ਵੇਨਸ ਰੋਡ ਵੀਐਮਵਿਲਾ ਐਡਰੈਸ ਤੇ ਬਣੇ ਇੱਕ ਘਰ ਦੇ ਬਾਹਰ। ਦੋ ਪੁਲਿਸ ਆਫਿਸਰ ਘਰ ਤੋਂ ਥੋੜਾ ਪਿੱਛੇ ਰੁਕ ਜਾਂਦੇ ਆ ਤੇ ਦੋ ਘਰ ਦੇ ਵੱਲ ਵੱਧਦੇ ਆ। ਹਲੇ ਇਹ ਦੋਵੇਂ ਮੇਨ ਡੋਰ ਤੋਂ ਕੁਝ ਮੀਟਰ ਦੂਰ ਹੁੰਦੇ ਆ ਤੇ ਘਰ ਦੇ ਅੰਦਰੋਂ ਅੰਨੇਵਾਹ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਘਰ ਦੇ ਅੰਦਰੋਂ ਫਾਇਰਿੰਗ ਕਰਨ ਵਾਲੇ ਹੁੰਦੇ ਆ ਦੋ ਭਰਾ ਗੈਰਥ ਤੇ ਨਥੈਨੀਅਲ ਟ੍ਰੇਨ, ਤੇ ਇਹਨਾਂ ਨਾਲ ਹੁੰਦੀ ਆ ਗੈਰਥ ਦੀ ਘਰ ਵਾਲੀ ਸਟੇਸੀ ਟ੍ਰੇਨ। ਫਾਇਰਿੰਗ ਵਿੱਚ ਪੁਲਿਸ ਕਾਂਸਟੇਬਲ ਮੈਥਿਊ ਆਰਨਲ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਕਾਂਸਟੇਬਲ ਰੇਚਲ ਮੈਕਰੋ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਪੈਂਦੀ ਆ। ਇਹਨਾਂ ਨੂੰ ਗੋਲੀਬਾਰੀ ਰੁਕਦੀ ਆ ਤੇ ਘਰ ਦੇ ਅੰਦਰੋਂ ਗੈਰਥ ਟ੍ਰੇਨ ਬਾਹਰ ਆਉਂਦਾ, ਉਹ ਸਿੱਧਾ ਕਾਂਸਟੇਬਲ ਰੇਚਲ ਮੈਕਰੋ ਵੱਲ ਜਾਂਦਾ ਵਾ ਤੇ ਉਹਦੀ ਹੀ ਸਰਵਿਸ ਪਿਸਟਲ ਦੇ ਨਾਲ ਉਹਨੂੰ ਐਗਜ਼ੀਕਿਊਟ ਕਰ ਦਿੰਦਾ। ਇਸ ਘਟਨਾ ਤੋਂ ਬਾਅਦ ਕੁਈਨਸਲੈਂਡ ਦੀ ਸਪੈਸ਼ਲ ਐਮਰਜੈਂਸੀ ਰਿਸਪੌਂਸ ਟੀਮ ਜਾ ਕੇ ਇਸ ਵੀਐਮਵਿਲਾ ਪ੍ਰੋਪਰਟੀ ਨੂੰ ਘੇਰ ਲੈਂਦੀ ਆ ਤੇ 6 ਘੰਟੇ ਤੱਕ ਦੋਨੋਂ ਪਾਸਿਓਂ ਗੋਲੀਬਾਰੀ ਚੱਲਦੀ ਆ ਤੇ ਐਂਡ ਵਿੱਚ ਪੁਲਿਸ ਵਾਲੇ ਘਰ ਦੇ ਅੰਦਰ ਮੌਜੂਦ ਤਿੰਨੋਂ ਲੋਕਾਂ ਨੂੰ ਮਾਰ ਮੁਕਾਉਂਦੇ ਆ। ਪਰ ਸਭ ਤੋਂ ਵੱਡਾ ਸਵਾਲ ਸਭ ਦੇ ਦਿਮਾਗ ਵਿੱਚ ਹੁੰਦਾ ਵਾ ਕਿ ਕਿਵੇਂ ਇਹ ਹਾਲਾਤ ਪੈਦਾ ਹੋਏ ਜਿੱਥੇ 3 ਆਮ ਨਾਗਰਿਕਾਂ ਵੱਲੋਂ ਪੁਲਿਸ ਖਿਲਾਫ਼ ਏਡੇ ਵੱਡੇ ਲੈਵਲ 'ਤੇ 6 ਘੰਟੇ ਗੋਲੀਬਾਰੀ ਕੀਤੀ ਗਈ। ਇਹਨਾਂ ਨੇ ਘਰ ਦੀ ਪੂਰੀ ਤਰ੍ਹਾਂ ਬੈਰੀਕੇਡਿੰਗ ਕੀਤੀ ਸੀ ਅਤੇ ਪ੍ਰੋਪਰਟੀ 'ਤੇ ਕੀਤੀ ਗਈ ਮੋਰਚਾਬੰਦੀ ਨੂੰ ਵੇਖ ਕੇ ਇੱਦਾਂ ਲੱਗਦਾ ਸੀ ਕਿ ਇਹ ਬੰਦੇ ਵੇਟ ਹੀ ਕਰਨ ਡਏ ਸੀ ਕਿ ਕਦੋਂ ਪੁਲਿਸ ਇਹਨਾਂ ਦੇ ਘਰ ਆਵੇ। ਪਰ ਜੋ ਪੁਲਿਸ ਵਾਲੇ ਉਸ ਦਿਨ ਉੱਥੇ ਗਏ ਉਹਨਾਂ ਨੂੰ ਕੋਈ ਆਈਡੀਆ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ। ਅੱਜ ਇਸ ਵੀਡੀਓ ਵਿੱਚ ਆਪਾਂ ਸਾਰੀ ਘਟਨਾ ਦੀ ਡੂੰਘਾਈ ਵਿੱਚ ਗੱਲ ਕਰਾਂਗੇ ਕਿ ਕਿਵੇਂ ਆਸਟ੍ਰੇਲੀਆ ਦੀ ਕੁਈਨਸਲੈਂਡ ਸਟੇਟ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੋ ਕੁਛ ਵੀ ਹੋਇਆ ਇਹਦੇ ਤਾਰ ਜਾ ਕੇ ਅਮਰੀਕਾ ਦੀ ਐਰੀਜ਼ੋਨਾ ਸਟੇਟ ਵਿੱਚ ਰਹਿੰਦੇ ਇੱਕ ਸ਼ਖਸ ਦੇ ਨਾਲ ਜੁੜਦੇ ਸੀ ਅਤੇ ਕਿਵੇਂ ਕੋਵਿਡ ਲੌਕਡਾਊਨ ਦੌਰਾਨ ਸਰਕਾਰ ਦੇ ਖਿਲਾਫ਼ ਫੈਲੀ ਮਿਸਇਨਫੋਰਮੇਸ਼ਨ ਅਤੇ ਕੌਨਸਪੀਰੇਸੀ ਥਿਊਰੀਜ਼ ਨੇ ਇਹਨਾਂ ਤਿੰਨਾਂ ਦੇ ਦਿਮਾਗ ਵਿੱਚ ਜ਼ਹਿਰ ਭਰਤਾ ਅਤੇ ਇਹ ਤਿੰਨੇ ਜਾਣਿਆਂ ਨੇ ਪੁਲਿਸ ਅਤੇ ਗਵਰਨਮੈਂਟ ਨੂੰ ਆਪਣਾ ਦੁਸ਼ਮਣ ਸਮਝ ਲਿਆ। ਇਸ ਘਟਨਾ ਨੂੰ ਦੁਨੀਆ ਵਿੱਚ ਚੱਲਦੀ ਸੋਵਰਨ ਸਿਟੀਜ਼ਨ ਮੂਵਮੈਂਟ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਵਾ, ਜਿੱਥੇ ਕਈ ਲੋਕ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਆ। ਮੀਡੀਆ ਵਿੱਚ ਇਸ ਗੋਲੀਕਾਂਡ ਨੂੰ ਆਸਟ੍ਰੇਲੀਆ ਦਾ ਪਹਿਲਾ ਰਿਲੀਜੀਅਸਲੀ ਮੋਟੀਵੇਟਡ ਕ੍ਰਿਸਚੀਅਨ ਟੈਰਰਿਸਟ ਅਟੈਕ ਦੱਸਿਆ ਗਿਆ। ਪੁਲਿਸ ਕਾਂਸਟੇਬਲ ਮੈਥਿਊ ਆਰਨਲ ਅਤੇ ਰੇਚਲ ਮੈਕਰੋ ਉਹ ਦੋ ਪੁਲਿਸ ਵਾਲੇ ਹੀ ਜੋ ਘਰ ਦੇ ਅੰਦਰ ਗਏ ਹੁੰਦੇ ਆ ਅਤੇ ਇਹਨਾਂ ਨੂੰ ਹੁਣ ਕਤਲ ਕੀਤਾ ਜਾ ਚੁੱਕਾ ਸੀ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਉਹ ਦੋ ਆਫਿਸਰ ਜੋ ਘਰ ਤੋਂ ਦੂਰ ਹੀ ਥੋੜ੍ਹਾ ਜਿਹਾ ਰੁਕ ਗਏ ਹੁੰਦੇ ਆ ਉਹ ਚੈੱਕ ਕਰਨ ਆਉਂਦੇ ਆ ਕਿ ਆਖਿਰਕਾਰ ਮਸਲਾ ਕੀ ਆ। ਇਹ ਦੋ ਪੁਲਿਸ ਆਫਿਸਰ ਹੁੰਦੇ ਆ ਕਾਂਸਟੇਬਲ ਰੈਂਡਲ ਕਰਕ ਤੇ ਕਾਂਸਟੇਬਲ ਕੀਲੀ ਬਰੋ। ਇਹ ਵੇਖਦੇ ਆ ਕਿ ਇਹਨਾਂ ਦੇ ਦੋਵੇਂ ਸਾਥੀ ਜ਼ਮੀਨ ਤੇ ਡਿੱਗੇ ਪਏ ਹੁੰਦੇ ਆ ਤੇ ਇਸ ਤੋਂ ਪਹਿਲਾਂ ਕਿ ਇਹ ਦੋਵੇਂ ਕੁਝ ਸਮਝ ਪਾਉਂਦੇ ਨਥੈਨੀਅਲ ਤੇ ਗੈਰਥ ਟ੍ਰੇਨ ਇਹਨਾਂ ਤੇ ਵੀ ਗੋਲੀਆਂ ਭਰਾਉਣੀਆਂ ਸ਼ੁਰੂ ਕਰ ਦਿੰਦੇ ਆ। ਕਾਂਸਟੇਬਲ ਰੈਂਡਲ ਕਰਕ ਦੀ ਵੱਖੀ 'ਚ ਗੋਲੀ ਵੱਜਦੀ ਆ ਤੇ ਉਹ ਆਪਣੀ ਗੱਡੀ ਵੱਲ ਦੌੜਦਾ। ਕਾਂਸਟੇਬਲ ਕੀਲੀ ਦੂਜੀ ਡਾਇਰੈਕਸ਼ਨ ਵਿੱਚ ਦੌੜਦੀ ਆ ਤੇ ਜਾ ਕੇ ਦਰਖਤਾਂ ਤੇ ਝਾੜੀਆਂ ਵਿੱਚ ਲੁਕ ਜਾਂਦੀ ਆ। ਰੈਂਡਲ ਕਰਕ ਕਿਸੇ ਤਰ੍ਹਾਂ ਆਪਣੀ ਗੱਡੀ ਸਟਾਰਟ ਕਰਕੇ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ, ਪਰ ਕਾਂਸਟੇਬਲ ਕੀਲੀ ਉਸ ਪ੍ਰੋਪਰਟੀ ਤੇ ਹੀ ਫਸ ਜਾਂਦੀ ਆ। ਜੇ ਉਹ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦੀ ਤੇ ਉਹਨੂੰ ਇਹ ਨਹੀਂ ਪਤਾ ਕਿ ਗੋਲੀ ਕਿਹੜੀ ਡਾਇਰੈਕਸ਼ਨ ਵਿੱਚ ਆਉਣੀ ਆ ਤੇ ਕਿੰਨੇ ਲੋਕ ਗੋਲੀ ਚਲਾਉਣ ਵਾਲੇ ਆ। ਉਹ ਚੁੱਪਚਾਪ ਦਰਖਤਾਂ ਦੇ ਉੱਲੇ ਝਾੜੀਆਂ ਵਿੱਚ ਬੈਠੀ ਰਹਿੰਦੀ ਆ, ਪਰ ਗੋਲੀਬਾਰੀ ਕਰਨ ਵਾਲੇ ਦੋਵੇਂ ਭਰਾ ਗੈਰਥ ਤੇ ਨਥੈਨੀਅਲ ਟ੍ਰੇਨ ਉਹਨੂੰ ਝਾੜੀਆਂ ਵੱਲ ਜਾਂਦੇ ਵੇਖ ਲੈਂਦੇ ਆ ਤੇ ਕਾਂਸਟੇਬਲ ਕੀਲੀ ਨੂੰ ਝਾੜੀਆਂ ਵਿੱਚੋਂ ਬਾਹਰ ਕੱਢਣ ਲਈ ਮਜਬੂਰ ਕਰਨ
ਦੇ ਲਈ ਉਹ ਸੁੱਕੇ ਘਾਹ ਵਿੱਚ ਅੱਗ ਲਾ ਦਿੰਦੇ ਆ। ਪਰ ਕਾਂਸਟੇਬਲ ਕੀਲੀ ਵੀ ਇੱਕ ਟ੍ਰੇਨਡ ਪੁਲਿਸ ਆਫਿਸਰ ਹੁੰਦੀ ਆ ਤੇ ਉਹ ਕਿਸੇ ਤਰ੍ਹਾਂ ਇਹਨਾਂ ਦੋਵਾਂ ਭਰਾਵਾਂ ਤੋਂ ਬਚਦੀ ਅੱਧਾ ਪੌਣਾ ਘੰਟਾ ਲੁਕਦੀ ਛਿਪਦੀ ਰਹਿੰਦੀ ਆ। ਇਹ ਸਾਰੀ ਘਟਨਾ ਸ਼ੁਰੂ ਹੋਈ ਹੁੰਦੀ ਆ ਸ਼ਾਮ ਦੇ 4:37 ਤੇ ਹੁਣ ਟਾਈਮ ਹੋ ਚੁੱਕਿਆ ਹੀ 5:30। ਇੱਕ ਗੁਆਂਢੀ ਜੋ ਲਾਗੇ ਹੀ ਪ੍ਰੋਪਰਟੀ ਤੇ ਰਹਿੰਦਾ ਸੀ ਉਹ ਅੱਗ ਲੱਗੀ ਵੇਖ ਕੇ ਚੈੱਕ ਕਰਨ ਆਉਂਦਾ। ਇਸ ਗੁਆਂਢੀ ਦਾ ਨਾਮ ਹੀ ਐਲਨ ਡੇਅਰ। ਤੇ ਇਹ ਇਹਨਾਂ ਦੋਵਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਐਲਨ ਡੇਅਰ ਨੇ ਵੀ ਗੋਲੀ ਚੱਲਣ ਦੀ ਆਵਾਜ਼ ਸੁਣੀ ਹੁੰਦੀ ਆ, ਜਿਸ ਕਰਕੇ ਉਹ ਆਪਣੀ ਰਾਈਫਲ ਵੀ ਨਾਲ ਲੈ ਕੇ ਆਉਂਦਾ। ਹੁਣ ਜਿੱਥੇ ਅੱਗ ਲੱਗੀ ਹੁੰਦੀ ਆ ਐਲਨ ਡੇਅਰ ਉਸ ਜਗ੍ਹਾ ਤੇ ਪਹੁੰਚਦਾ ਵਾ, ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ, ਨਥੈਨੀਅਲ ਟ੍ਰੇਨ ਐਲਨ ਡੇਅਰ ਨੂੰ ਵੀ ਗੋਲੀ ਮਾਰ ਕੇ ਮਾਰ ਦਿੰਦਾ ਆ। ਹੁਣ ਜਦੋਂ ਦੋਵੇਂ ਭਰਾ ਐਲਨ ਡੇਅਰ ਨਾਲ ਰੁੱਝੇ ਹੁੰਦੇ ਆ, ਇੰਨੇ ਵਿੱਚ ਕਾਂਸਟੇਬਲ ਕੀਲੀ ਨੂੰ ਟਾਈਮ ਮਿਲ ਜਾਂਦਾ ਵਾ ਕੋਈ ਸੇਫ ਜਗ੍ਹਾ ਲੱਭ ਕੇ ਉੱਥੋਂ ਭੱਜਣ ਦਾ। VM ਬਿਲਾ ਉਹ ਜਗ੍ਹਾ ਸੀ ਜਿੱਥੇ ਸਾਰੀ ਘਟਨਾ ਘਟੀ, ਤੇ ਇਹ ਜਗ੍ਹਾ ਥੋੜ੍ਹੀ ਜਿਹੀ ਰਿਮੋਟ ਲੋਕੇਸ਼ਨ ਆ ਤੇ ਇੱਥੇ ਪੁਲਿਸ ਨੂੰ ਆਉਣ ਨੂੰ ਟਾਈਮ ਲੱਗ ਜਾਂਦਾ। ਪੁਲਿਸ ਪੈਕਅਪ ਦੀ ਪਹਿਲੀ ਗੱਡੀ ਇੱਥੇ ਪਹੁੰਚਦੀ ਆ 5:30 ਤੋਂ ਕੁਛ ਕੁ ਮਿੰਟਾਂ ਬਾਅਦ, ਤੇ 6:00 ਨੂੰ 16 ਪੁਲਿਸ ਆਫਿਸਰ ਉੱਥੇ ਪਹੁੰਚ ਜਾਂਦੇ ਆ। ਇਹਨਾਂ ਵਿੱਚ ਕੁਛ ਪੁਲਿਸ ਆਫਿਸਰ ਔਨ ਡਿਊਟੀ ਸੀ ਤੇ ਕੁਛ ਆਫ ਡਿਊਟੀ। ਆਫ ਡਿਊਟੀ ਪੁਲਿਸ ਆਫਿਸਰ ਇਸ ਘਟਨਾ ਦੇ ਬਾਰੇ ਸੁਣਦੇ ਆ ਤੇ ਮਦਦ ਕਰਨ ਲਈ ਉੱਥੇ ਪਹੁੰਚ ਜਾਂਦੇ ਆ। 6:15 ਇਹਨਾਂ ਪੁਲਿਸ ਆਫਿਸਰਸ ਵੱਲੋਂ ਕਾਂਸਟੇਬਲ ਕੀਲੀ ਨੂੰ ਲੱਭ ਲਿਆ ਜਾਂਦਾ ਵਾ ਤੇ ਇੱਕ ਸੇਫ ਜਗ੍ਹਾ ਲੈ ਕੇ ਜਾਇਆ ਜਾਂਦਾ, ਤੇ ਫਿਰ ਸ਼ੁਰੂ ਹੁੰਦਾ ਵਾ ਘਰ ਦੇ ਬਿਲਕੁਲ ਸਾਹਮਣੇ ਪਈਆਂ ਕਾਂਸਟੇਬਲ ਮੈਥਿਊ ਆਰਨੋਲਡ ਤੇ ਕਾਂਸਟੇਬਲ ਰੇਚਲ ਮੈਕਰੋ ਦੀਆਂ ਡੈਡ ਬਾਡੀਜ਼ ਨੂੰ ਰਿਟਰੀਵ ਕਰਨ ਦਾ ਕੰਮ। ਪਹਿਲੀ ਗੋਲੀ ਚੱਲਣ ਦੇ 2 ਘੰਟੇ ਬਾਅਦ 6:34 ਤੇ ਪੁਲਿਸ ਵਾਲੇ ਹੈਵੀ ਗੋਲੀਬਾਰੀ ਹੇਠ ਦੋਨੋਂ ਬਾਡੀਜ਼ ਨੂੰ ਕਲੀਅਰ ਕਰ ਦਿੰਦੇ ਆ। ਇੱਥੇ ਇਹ ਗੱਲ ਦੱਸਣੀ ਜ਼ਰੂਰੀ ਆ ਕਿ ਘਟਨਾ ਵਾਲੀ ਥਾਂ ਤੇ ਹਲੇ ਕੋਈ ਵੀ ਆਰਮਰਡ ਪੁਲਿਸ ਵਹੀਕਲ ਨਹੀਂ ਹੁੰਦਾ। ਪੁਲਿਸ ਵਾਲੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਆਪਣੇ ਦੋ ਸਾਥੀਆਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਲੈ ਕੇ ਆਉਂਦੇ ਆ। 7:00 ਬ੍ਰਿਸਬੇਨ ਤੋਂ ਹੈਲੀਕਾਪਟਰ ਉੱਥੇ ਪਹੁੰਚਦਾ ਵਾ ਤੇ ਪ੍ਰਾਪਰਟੀ ਦੇ ਉੱਤੇ ਮੰਡਰਾਉਣ ਲੱਗ ਪੈਂਦਾ, ਜਿਹਦੇ ਨਾਲ ਪੁਲਿਸ ਨੂੰ ਹੁਣ ਪ੍ਰਾਪਰਟੀ ਦਾ ਇੱਕ ਬਰਡਸ ਆਈ ਵਿਊ ਮਿਲ ਜਾਂਦਾ ਇਸ ਘਰ ਵਿੱਚ ਚੱਲਦੀ ਇੱਕ ਇੱਕ ਮੂਵਮੈਂਟ ਤੇ ਨਜ਼ਰ ਰੱਖਣ ਦੇ ਲਈ। ਗੈਰਸ ਤੇ ਨਥੈਨੀਅਲ ਟ੍ਰੇਨ ਹੈਲੀਕਾਪਟਰ ਤੇ ਵੀ ਗੋਲੀਆਂ ਚਲਾਉਂਦੇ ਆ, ਪਰ ਹੈਲੀਕਾਪਟਰ ਉਹਨਾਂ ਦੀ ਰੇਂਜ ਵਿੱਚੋਂ ਬਾਹਰ ਹੁੰਦਾ। ਪਰ ਇੱਕ ਗੱਲ ਕਲੀਅਰ ਹੋ ਚੁੱਕੀ ਸੀ ਕਿ ਇਹ ਦੋਵੇਂ ਭਰਾ ਹੁਣ ਸਰੈਂਡਰ ਕਰਨ ਦੇ ਮੂਡ ਵਿੱਚ ਬਿਲਕੁਲ ਨਹੀਂ ਸੀ। ਹੁਣ ਟਾਈਮ ਹੋ ਚੁੱਕਿਆ ਸੀ ਸ਼ਾਮ ਦੇ 7:30 ਤੇ ਡੇ ਲਾਈਟ ਹੌਲੀ ਹੌਲੀ ਰਾਤ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਆ। ਹੁਣ ਪੁਲਿਸ ਵਾਲਿਆਂ ਦੀ ਹੈਲਪ ਕਰਨ ਦੇ ਲਈ ਬ੍ਰਿਸਬੇਨ ਤੋਂ ਦੂਜਾ ਪੁਲਿਸ ਹੈਲੀਕਾਪਟਰ ਉੱਥੇ ਪਹੁੰਚ ਜਾਂਦਾ। ਦੋਵੇਂ ਹੈਲੀਕਾਪਟਰਸ ਦੇ ਵਿੱਚ ਇਨਫਰਾਰੈੱਡ ਕੈਮਰੇ ਲੱਗੇ ਹੁੰਦੇ ਆ ਜੋ ਹੀਟ ਨੂੰ ਡਿਟੈਕਟ ਕਰਕੇ ਘਰ ਦੇ ਅੰਦਰ ਤੇ ਘਰ ਦੇ ਬਾਹਰ ਹਨੇਰੇ ਵਿੱਚ ਹਰ ਇੱਕ ਮੂਵਮੈਂਟ ਨੂੰ ਟਰੈਕ ਕਰ ਸਕਦੇ ਸੀ। ਜਿਹੜੇ ਲੈਵਲ ਤੇ ਇੱਥੇ ਗੋਲੀਬਾਰੀ ਚੱਲਦੀ ਸੀ ਇਹਨੂੰ ਵੇਖ ਕੇ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਪੁਲਿਸ ਵਾਲਿਆਂ ਕੋਲੋਂ ਇਹ ਮਸਲਾ ਹੱਲ ਨਹੀਂ ਹੋਣਾ। ਹੁਣ ਟਾਈਮ ਹੋ ਗਿਆ ਹੁੰਦਾ ਵਾ ਸ਼ਾਮ ਦੇ 7:45 ਤੇ ਫਾਈਨਲੀ ਕੁਈਨਸਲੈਂਡ ਦੀ ਐਮਰਜੈਂਸੀ ਰਿਸਪੌਂਸ ਟੀਮ ਜਿਹਨੂੰ ਸਰਟ ਕਿਹਾ ਜਾਂਦਾ ਵਾ ਉਹ ਬੀਅਰ ਕੈਟ ਨਾਮ ਦੇ ਆਰਮਰਡ ਵਹੀਕਲ ਲੈ ਕੇ ਉੱਥੇ ਪਹੁੰਚਦੀ ਆ। ਇੱਦਾਂ ਦੇ 4 ਆਰਮਰਡ ਵਹੀਕਲ ਉੱਥੇ ਸੱਦੇ ਜਾਂਦੇ ਆ ਤੇ ਸਰਟ ਟੀਮ ਹੁਣ ਪਲੈਨਿੰਗ ਸ਼ੁਰੂ ਕਰਦੀ ਹੈ ਘਰ ਦੇ ਅੰਦਰ ਐਂਟਰੀ ਕਰਨ ਦੀ। ਪੁਲਿਸ ਵੱਲੋਂ ਰਿਲੀਜ਼ ਕੀਤੀ ਗਈ ਇਸ ਫੁਟੇਜ ਵਿੱਚ ਗੈਰਸ ਤੇ ਨਥੈਨੀਅਲ ਟ੍ਰੇਨ ਨੂੰ ਘਰ ਦੇ ਬਾਹਰ ਮੋਰਚਾਬੰਦੀ ਕਰਕੇ ਪੁਲਿਸ ਤੇ ਫਾਇਰਿੰਗ ਕਰਦਿਆਂ ਸਾਫ਼ ਵੇਖਿਆ ਜਾ ਸਕਦਾ। ਹੁਣ ਸਪੈਸ਼ਲ ਐਮਰਜੈਂਸੀ ਰਿਸਪੌਂਸ ਟੀਮ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ 2-3 ਘੰਟੇ ਦਾ ਟਾਈਮ ਲੈਂਦੀ ਆ ਸਾਰੇ ਇਲਾਕੇ ਨੂੰ ਸਟੱਡੀ ਕਰਨ ਦੇ ਲਈ। ਪ੍ਰੋਪਰਟੀ ਦੇ ਸਾਰੇ ਪਾਸਿਆਂ ਨੂੰ 4 ਰੰਗਾਂ ਵਿੱਚ ਕੋਡ ਕੀਤਾ ਜਾਂਦਾ ਵਾ ਤੇ ਹੈਲੀਕਾਪਟਰ ਵਾਲੇ ਇਹੀ ਕਲਰ ਕੋਡ ਯੂਜ਼ ਕਰਕੇ ਗਰਾਊਂਡ ਤੇ ਟੀਮ ਨੂੰ ਸੂਚਿਤ ਕਰਦੇ ਹੀ ਘਰ ਦੇ ਆਲੇ ਦੁਆਲੇ ਚੱਲਦੀ ਹਰੇਕ ਹਰਕਤ ਦੇ ਬਾਰੇ, ਕਿਉਂਕਿ ਨਥੈਨੀਅਲ ਤੇ ਗੈਰਸ ਟ੍ਰੇਨ ਕਾਫ਼ੀ ਹਾਈ ਪਾਵਰਡ ਵੈਪਨਸ ਤੋਂ ਗੋਲੀਬਾਰੀ ਕਰਦੇ ਸੀ। ਇਸ ਕਰਕੇ ਪੁਲਿਸ ਵਾਲੇ ਜਲਦਬਾਜ਼ੀ ਵਿੱਚ ਕੋਈ ਵੀ ਰਿਸਕ ਲੈਣਾ ਨਹੀਂ ਹੀ ਚਾਹੁੰਦੇ।
ਹੁਣ ਟਾਈਮ ਹੋ ਗਿਆ ਸੀ ਰਾਤ ਦੇ 10:29 ਤੇ ਸਾਰੀ ਘਟਨਾ ਨੂੰ ਸ਼ੁਰੂ ਹੋਏ ਹੁਣ 6 ਘੰਟੇ ਹੋਣ ਵਾਲੇ ਸੀ। 10:30 ਸਪੈਸ਼ਲ ਐਮਰਜੈਂਸੀ ਰਿਸਪੋਂਸ ਟੀਮ ਆਰਮਡ ਵਹੀਕਲਸ ਦੇ ਓਲੇ ਘਰ ਦੀ ਬਾਉਂਡਰੀ ਵਿੱਚ ਐਂਟਰ ਹੁੰਦੀ ਆ। ਘਰ ਦੀ ਬਾਉਂਡਰੀ ਵਿੱਚ ਐਂਟਰ ਹੁੰਦਿਆਂ ਹੀ ਗੈਰਸ ਤੇ ਨਥੈਨੀਅਲ ਵੱਲੋਂ ਆਰਮਡ ਵਹੀਕਲਸ ਉੱਤੇ ਵੀ ਤਾਬੜਤੋੜ ਗੋਲੀਬਾਰੀ ਕੀਤੀ ਜਾਂਦੀ ਆ। ਪਰ ਪੁਲਿਸ ਦੀ ਇਹ ਸਪੈਸ਼ਲ ਐਮਰਜੈਂਸੀ ਰਿਸਪੋਂਸ ਟੀਮ ਨੂੰ ਇਦਾਂ ਦੀਆਂ ਹੀ ਘਟਨਾਵਾਂ ਨਾਲ ਡੀਲ ਕਰਨ ਦੀ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਗੈਰਸ, ਨਥੈਨੀਅਲ ਤੇ ਸਟੇਸੀ ਟ੍ਰੇਨ ਇਸ ਪੁਲਿਸ ਟੀਮ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਪਾਉਂਦੇ ਤੇ ਇੱਕ ਇੱਕ ਕਰਕੇ ਇਹਨਾਂ ਤਿੰਨਾਂ ਨੂੰ ਮਾਰ ਦਿੱਤਾ ਜਾਂਦਾ। ਮਰਨ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਹੁੰਦਾ ਵਾ ਗੈਰਸ ਟ੍ਰੇਨ, ਜੋ ਕੁਛ ਕੁ ਮਿੰਟਾਂ ਲਈ ਆਪਣੀ ਗਨ ਨੂੰ ਰੀਲੋਡ ਕਰਨ ਦੇ ਲਈ ਰੁਕਿਆ ਹੁੰਦਾ ਤੇ ਇੰਨੇ ਵਿੱਚ ਹੀ ਪੁਲਿਸ ਵਾਲੇ ਇਹਨੂੰ ਗੋਲੀ ਮਾਰ ਕੇ ਮੁਕਾ ਦਿੰਦੇ ਆ। ਦੂਜੇ ਨੰਬਰ ਤੇ ਵਾਰੀ ਆਉਂਦੀ ਆ ਗੈਰਸ ਟ੍ਰੇਨ ਦੀ ਘਰ ਵਾਲੀ ਸਟੇਸੀ ਟ੍ਰੇਨ ਦੀ, ਜੋ ਇੱਕ ਰਾਈਫਲ ਨਾਲ ਪੁਲਿਸ ਤੇ ਫਾਇਰ ਕਰਦੀ ਆ ਤੇ ਸਟੇਸੀ ਨੂੰ ਵੀ ਗੋਲੀ ਮਾਰ ਕੇ ਮੁਕਾ ਦਿੱਤਾ ਜਾਂਦਾ। ਤੇ ਸਭ ਤੋਂ ਐਂਡ ਵਿੱਚ ਵਾਰੀ ਆਉਂਦੀ ਆ ਨਥੈਨੀਅਲ ਟ੍ਰੇਨ ਦੀ, ਜੋ ਘਰ ਦੇ ਬੈਕਯਾਰਡ ਦੀ ਮੋਰਚਾਬੰਦੀ ਕਰਕੇ ਪੁਲਿਸ ਤੇ ਫਾਇਰਿੰਗ ਕਰਦਾ ਸੀ ਤੇ ਨਥੈਨੀਅਲ ਨੂੰ ਹੀ ਲੱਭਦੇ ਲੱਭਦੇ ਪੁਲਿਸ ਵਾਲੇ ਇਸ ਪ੍ਰੋਪਰਟੀ ਤੇ ਪਹੁੰਚੇ ਹੁੰਦੇ ਆ ਤੇ ਨਥੈਨੀਅਲ ਨੂੰ ਵੀ ਇੱਕ ਟ੍ਰੇਨਡ ਪੁਲਿਸ ਟੀਮ ਵੱਲੋਂ ਬਿਨਾਂ ਕਿਸੇ ਖਾਸ ਮੁਸ਼ਕਲ ਦੇ ਗੋਲੀ ਮਾਰ ਕੇ ਖਤਮ ਕਰ ਦਿੱਤਾ ਜਾਂਦਾ। ਤੇ ਨਥੈਨੀਅਲ ਜਿਹੜੀ ਪਿਸਟਲ ਨਾਲ ਪੁਲਿਸ ਤੇ ਫਾਇਰਿੰਗ ਕਰਦਾ ਹੁੰਦਾ, ਇਹ ਕਤਲ ਕਰ ਦਿੱਤੇ ਗਏ ਕਾਂਸਟੇਬਲ ਮੈਥਿਊ ਆਰਨਲਡ ਦਾ ਸਰਵਿਸ ਪਿਸਟਲ ਹੀ। ਪੁਲਿਸ ਦੀ ਇਹ ਫਾਈਨਲ ਕਾਰਵਾਈ 9 ਮਿੰਟ ਤੋਂ ਥੋੜ੍ਹਾ ਘੱਟ ਟਾਈਮ ਚੱਲਦੀ ਆ ਤੇ 10:39 ਤੇ 6 ਘੰਟੇ ਚੱਲੇ ਇਸ ਸੀਜ ਨੂੰ ਖਤਮ ਕਰ ਦਿੱਤਾ ਜਾਂਦਾ। ਤੇ ਇਸ ਸਾਰੀ ਘਟਨਾ ਵਿੱਚ 6 ਜਣਿਆਂ ਦੀ ਮੌਤ ਹੁੰਦੀ ਆ। ਇਹਨਾਂ ਵਿੱਚ 2 ਪੁਲਿਸ ਆਫਿਸਰ ਹੁੰਦੇ ਆ ਜੋ ਆਪਣੀ ਡਿਊਟੀ ਕਰਦੇ ਹੀ, ਇੱਕ ਐਲਨ ਡੇਅਰ ਜੋ ਇੱਕ ਚੰਗੇ ਗੁਆਂਢੀ ਦਾ ਫਰਜ਼ ਨਿਭਾਉਣ ਉੱਥੇ ਆਇਆ ਹੁੰਦਾ ਤੇ ਬਾਕੀ 3 ਹੁੰਦੇ ਆ ਬ੍ਰੇਨ ਵਾਸ਼ਡ ਅੱਤਵਾਦੀ। ਅਗਲਾ ਸਵਾਲ ਹੁੰਦਾ ਵਾ ਕਿ ਇਹ 3 ਜਾਣੇ ਕੌਣ ਸੀ ਤੇ ਐਂਡ ਵਿੱਚ ਜੋ ਕੁਛ ਵੀ ਇਹਨਾਂ ਵੱਲੋਂ ਕੀਤਾ ਗਿਆ ਉਹਦੇ ਲਈ ਇਹਨਾਂ ਅੰਦਰ ਹਿੰਮਤ ਜਾਂ ਨਫ਼ਰਤ ਕਿਵੇਂ ਪੈਦਾ ਹੋਈ। ਪੁਲਿਸ ਵਾਲੇ 100 ਏਕੜ ਲੈਂਡ ਤੇ ਬਣੀ ਇਸ ਪ੍ਰੋਪਰਟੀ ਦਾ ਚੱਪਾ ਚੱਪਾ ਛਾਣ ਮਾਰਦੇ ਆ ਤੇ ਘਰ ਦੇ ਨਾਲ ਨਾਲ ਹੋਰ ਕਈ ਜਗ੍ਹਾ ਜਿਵੇਂ ਦਰਖਤਾਂ ਤੇ CCTV ਕੈਮਰੇ ਲਾਏ ਗਏ ਹੁੰਦੇ ਆ। ਘਰ ਦੇ ਅੰਦਰੋਂ ਵੀ ਕਈ ਤਰ੍ਹਾਂ ਦਾ ਅਨਰਜਿਸਟਰਡ ਅਸਲਾ ਬਰਾਮਦ ਹੋਇਆ ਤੇ ਘਰ ਦੇ ਵਿੱਚ ਇੱਕ ਸੀਕ੍ਰੇਟ ਬੰਕਰ ਵੀ ਬਣਾਇਆ ਗਿਆ ਸੀ। ਹੌਲੀ ਹੌਲੀ ਇਹਨਾਂ 3 ਲੋਕਾਂ ਦੀ ਆਈਡੈਂਟੀ ਮੀਡੀਆ ਵਿੱਚ ਸਾਹਮਣੇ ਆਉਣੀ ਸ਼ੁਰੂ ਹੁੰਦੀ ਆ ਤੇ ਇੱਕ ਤੋਂ ਬਾਅਦ ਇੱਕ ਕਈ ਹੈਰਾਨ ਤੇ ਕਨਫਿਊਜ਼ ਕਰ ਦੇਣ ਵਾਲੇ ਕਿੱਸੇ ਇਹਨਾਂ 3 ਬਾਰੇ ਸਾਹਮਣੇ ਆਉਂਦੇ ਆ। ਨਥੈਨੀਅਲ ਟ੍ਰੇਨ, ਜਿਹਨੂੰ ਲੱਭਦੇ ਲੱਭਦੇ ਪੁਲਿਸ ਵਾਲੇ VM ਬੈਲਾ ਪਹੁੰਚੇ ਹੁੰਦੇ ਆ, ਉਹ ਇਸ ਘਟਨਾ ਤੋਂ 1.5 ਸਾਲ ਪਹਿਲਾਂ ਤੱਕ ਨਿਊ ਸਾਊਥ ਵੇਲਸ ਦੇ ਵਿੱਚ ਹੀ ਇੱਕ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਦੀ ਜੌਬ ਕਰਦਾ ਸੀ। ਨਥੈਨੀਅਲ ਟ੍ਰੇਨ ਇੱਕ ਹਰਮਨ ਪਿਆਰਾ ਸਕੂਲ ਪ੍ਰਿੰਸੀਪਲ ਹੀ ਤੇ ਬੱਚਿਆਂ ਦੀ ਡਿਵੈਲਪਮੈਂਟ ਲਈ ਆਪਣੇ ਸਕੂਲ ਵਿੱਚ ਕਈ ਪ੍ਰੋਗਰਾਮ ਵੀ ਰਨ ਕਰਦਾ ਸੀ। ਬੱਚੇ ਉਹਨੂੰ ਯਾਦ ਕਰਦਿਆਂ ਦੱਸਦੇ ਆ ਕਿ ਉਹ ਨਥੈਨੀਅਲ ਟ੍ਰੇਨ ਦੀ ਦਾੜੀ ਵਿੱਚ ਡੈਕੋਰੇਸ਼ਨ ਕਰਦੇ ਸੀ। ਪਰ ਨਥੈਨੀਅਲ ਟ੍ਰੇਨ ਨੂੰ 2021 ਦੀ ਸ਼ੁਰੂਆਤ ਦੇ ਵਿੱਚ ਇੱਕ ਬੜਾ ਜ਼ਬਰਦਸਤ ਹਾਰਟ ਅਟੈਕ ਆਉਂਦਾ ਤੇ ਇਸ ਹਾਰਟ ਅਟੈਕ ਤੋਂ ਬਾਅਦ ਉਹਦੀ ਮੈਂਟਲ ਹੈਲਥ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਵੇਖੀ ਜਾਂਦੀ ਆ। ਅਗਸਤ 2021 ਵਿੱਚ ਉਹ ਆਪਣੀ ਪ੍ਰਿੰਸੀਪਲ ਦੀ ਪੋਸਟ ਤੋਂ ਰੈਜ਼ਿਗਨੇਸ਼ਨ ਕਰਕੇ ਘਰੇ ਬਹਿ ਜਾਂਦਾ, ਪਰ ਉਹ ਐਜੂਕੇਸ਼ਨ ਸਿਸਟਮ ਨਾਲ ਬਹੁਤ ਹੀ ਜ਼ਿਆਦਾ ਫਰਸਟ੍ਰੇਟ ਹੁੰਦਾ ਵਾ ਤੇ ਘਰੇ ਬੈਠੇ ਬੈਠੇ ਐਜੂਕੇਸ਼ਨ ਮਿਨਿਸਟਰ ਨੂੰ ਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਇੱਕ ਤੋਂ ਬਾਅਦ ਇੱਕ ਕਈ ਈਮੇਲਾਂ ਸੈਂਡ ਕਰਦਾ। ਪਰ 2021 ਦੇ ਐਂਡ ਵਿੱਚ ਨਥੈਨੀਅਲ ਇੱਕਦਮ ਗਾਇਬ ਹੋ ਜਾਂਦਾ ਤੇ ਉਹਦਾ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਦੇ ਨਾਲ ਲੰਮੇ ਸਮੇਂ ਤੱਕ ਕੋਈ ਕੰਟੈਕਟ ਨਹੀਂ ਹੁੰਦਾ। ਸੇਮ ਇਦਾਂ ਦੀ ਹੀ ਸਟੋਰੀ ਆ ਸਟੇਸੀ ਟ੍ਰੇਨ ਦੀ, ਜੋ ਨਥੈਨੀਅਲ ਟ੍ਰੇਨ ਦੇ ਭਰਾ ਗੈਰਸ ਟ੍ਰੇਨ ਦੀ ਘਰਵਾਲੀ ਹੁੰਦੀ ਆ। ਪਰ ਕੁਛ ਸਾਲ ਪਹਿਲਾਂ ਤੱਕ ਸਟੇਸੀ ਨਥੈਨੀਅਲ ਟ੍ਰੇਨ ਦੀ ਘਰਵਾਲੀ ਹੁੰਦੀ ਆ ਤੇ ਇਹਨਾਂ ਦੇ 2 ਬੱਚੇ ਵੀ ਆ ਤੇ ਸਟੇਸੀ ਦੇ ਛੱਡ ਕੇ ਜਾਣ ਤੋਂ ਬਾਅਦ ਨਥੈਨੀਅਲ ਦੂਜਾ ਵਿਆਹ ਕਰਵਾ ਲੈਂਦਾ। ਸਟੇਸੀ ਵੀ ਇੱਕ ਸਕੂਲ ਟੀਚਰ ਹੁੰਦੀ ਆ ਜੋ VM ਬਿਲਾ ਲਾਗੇ ਪੈਂਦੇ ਟਾਰਾ ਨਾਮ ਦੇ ਟਾਊਨ ਵਿੱਚ ਇੱਕ ਸਕੂਲ ਵਿੱਚ ਲੱਗੀ ਸੀ, ਪਰ ਕੋਵਿਡ ਵੈਕਸੀਨ ਲਵਾਉਣ ਤੋਂ ਮਨਾ ਕਰਨ ਤੋਂ ਬਾਅਦ ਸਟੇਸੀ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਂਦਾ। ਐਂਡ ਵਿੱਚ ਆਉਂਦਾ ਹੈ ਗੈਰਸ ਟ੍ਰੇਨ। ਗੈਰਸ ਟ੍ਰੇਨ ਨਥੈਨੀਅਲ ਤੋਂ ਉਮਰ ਵਿੱਚ ਵੱਡਾ ਹੁੰਦਾ ਵਾ ਤੇ ਇਹਨੂੰ ਗੰਨਾ ਰੱਖਣ ਦੇ ਸ਼ੌਂਕ ਦੇ ਨਾਲ ਨਾਲ ਇੰਟਰਨੈਟ ਤੇ ਕੌਨਸਪੀਰੇਸੀ ਥਿਊਰੀਜ਼ ਬਾਰੇ ਵੀਡੀਓ ਪਾਉਣ ਦਾ ਵੀ ਸ਼ੌਂਕ ਹੁੰਦਾ। ਗੈਰਸ ਟ੍ਰੇਨ ਸਾਰਾ ਦਿਨ ਐਂਟੀ ਗਵਰਨਮੈਂਟ ਤੇ ਐਂਟੀ
ਐਂਟੀ ਵੈਕਸੀਨ ਕੌਨਸਪੀਰੇਸੀ ਥਿਊਰੀਜ਼ ਵੇਖਦਾ ਸੀ ਤੇ ਕੋਵਿਡ-19 ਨੂੰ ਸਰਕਾਰ ਵੱਲੋਂ ਖੇਡੀ ਗਈ ਇੱਕ ਚਾਲ ਮੰਨਦਾ ਤੇ ਇਹਨੇ ਆਪਣੇ ਆਪ ਨੂੰ ਇੱਕ ਸੋਵਰਨ ਸਿਟੀਜ਼ਨ ਡਿਕਲੇਅਰ ਕੀਤਾ ਹੁੰਦਾ। ਸੋਵਰਨ ਸਿਟੀਜ਼ਨ ਮੂਵਮੈਂਟ ਨੂੰ ਫੋਲੋ ਕਰਨ ਵਾਲੇ ਲੋਕ ਸਰਕਾਰ ਦੇ ਬਣਾਏ ਲਾਅ ਨੂੰ ਫੋਲੋ ਨਹੀਂ ਕਰਦੇ, ਜਿਵੇਂ ਕਿ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣਾ ਤੇ ਕੋਰਟ ਵੱਲੋਂ ਦਿੱਤੇ ਗਏ ਆਰਡਰ ਨੂੰ ਨਾ ਮੰਨਣਾ ਤੇ ਹੋਰ ਵੀ ਜਿਹੜੇ ਰੂਲ ਆਪਾਂ ਆਮ ਤੌਰ ਤੇ ਫੋਲੋ ਕਰਦੇ ਹਾਂ। ਇਹ ਲੋਕ ਉਹਨਾਂ ਰੂਲਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਆ। ਉੱਪਰੋਂ ਗੈਰਸ ਇੱਕ ਹਾਰਡਲਾਈਨ ਕ੍ਰਿਸਚੀਅਨ ਆਈਡੀਓਲੋਜੀ ਨੂੰ ਫੋਲੋ ਕਰਦਾ ਸੀ ਜਿਹਦੇ ਵਿੱਚ ਡੂਮਸਡੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ, ਤੇ ਜੋ ਲੋਕ ਇਸ ਡੂਮਸਡੇ ਆਈਡੀਓਲੋਜੀ ਨੂੰ ਮੰਨਦੇ ਆ ਇਹਨਾਂ ਨੂੰ ਲੱਗਦਾ ਵਾ ਕਿ ਦੁਨੀਆ ਨੀਅਰ ਫਿਊਚਰ ਦੇ ਵਿੱਚ ਖਤਮ ਹੋਣ ਵਾਲੀ ਆ। ਨਥੈਨੀਅਲ ਤੇ ਗੈਰਸ ਟ੍ਰੇਨ ਦਾ ਪਿਓ ਆਪ ਇੱਕ ਕ੍ਰਿਸਚੀਅਨ ਪਾਸਟਰ ਆ ਤੇ ਚੈਨਲ 9 ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਦਾ ਵਾ ਕਿ ਉਹਨੂੰ ਨਹੀਂ ਪਤਾ ਉਹਦੇ ਦੋਵੇਂ ਮੁੰਡੇ ਕਿਵੇਂ ਰੈਡੀਕਲਾਈਜ਼ ਹੋਏ। ਉਹ ਦੱਸਦਾ ਵਾ ਕਿ ਪਿਛਲੇ 23 ਸਾਲਾਂ ਦੇ ਵਿੱਚ ਉਹਦਾ ਨਾ ਹੀ ਗੈਰਸ ਨਾਲ ਤੇ ਨਾ ਹੀ ਨਥੈਨੀਅਲ ਨਾਲ ਕੋਈ ਵੀ ਕੰਟੈਕਟ ਹੋਇਆ। ਹੁਣ ਅਗਲਾ ਸਵਾਲ ਇਹ ਆ ਕਿ ਪੁਲਿਸ ਦੀ ਇਸ ਸਾਰੇ ਮਾਮਲੇ ਵਿੱਚ ਐਂਟਰੀ ਕਿੱਥੇ ਹੁੰਦੀ ਆ? ਜਦੋਂ ਨਥੈਨੀਅਲ ਟ੍ਰੇਨ ਆਪਣੀ ਸਕੂਲ ਪ੍ਰਿੰਸੀਪਲ ਦੀ ਜੌਬ ਤੋਂ ਰਿਜ਼ਾਈਨ ਕਰਕੇ ਗਾਇਬ ਹੋ ਜਾਂਦਾ ਵਾ, ਉਦੋਂ ਨਥੈਨੀਅਲ ਦੀ ਦੂਜੀ ਘਰ ਵਾਲੀ ਪੁਲਿਸ ਵਿੱਚ ਉਹਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਾਉਂਦੀ ਆ। ਹੁਣ ਗੱਲ ਆ ਦਸੰਬਰ 2021 ਦੀ। ਨਿਊ ਸਾਊਥ ਵੇਲਸ ਤੇ ਕੁਈਨਸਲੈਂਡ ਦੇ ਵਿੱਚ ਕੋਵਿਡ ਲਾਕਡਾਊਨ ਕਰਕੇ ਬਾਰਡਰ ਕਲੋਜ਼ ਹੁੰਦਾ, ਸਿਰਫ ਉਹੀ ਲੋਕ ਬਾਰਡਰ ਕ੍ਰੋਸ ਕਰ ਸਕਦੇ ਸੀ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗੀ ਸੀ। ਪਰ ਨਥੈਨੀਅਲ ਵੀ ਉਹਨਾਂ ਲੋਕਾਂ ਵਿੱਚੋਂ ਹੀ ਜੋ ਇਹ ਸਮਝਦੇ ਸੀ ਕਿ ਸਰਕਾਰ ਕੋਵਿਡ ਵੈਕਸੀਨ ਲਾਉਣ ਦੇ ਬਹਾਨੇ ਲੋਕਾਂ ਅੰਦਰ ਇੱਕ ਚਿੱਪ ਫਿੱਟ ਕਰ ਦਿੰਦੀ ਆ। ਹੁਣ ਕੋਵਿਡ ਵੈਕਸੀਨ ਨਾ ਲੱਗੀ ਹੋਣ ਕਰਕੇ ਨਥੈਨੀਅਲ ਇੱਕ ਰਿਮੋਟ ਬਾਰਡਰ ਕ੍ਰੋਸਿੰਗ ਤੋਂ ਇਲੀਗਲੀ ਨਿਊ ਸਾਊਥ ਵੇਲਸ ਵਿੱਚੋਂ ਕੁਈਨਸਲੈਂਡ ਵਿੱਚ ਆਪਣੀ ਲੈਂਡ ਕਰੂਜ਼ਰ ਤੇ ਐਂਟਰ ਕਰਦਾ। ਇਸ ਬਾਰਡਰ ਕ੍ਰੋਸਿੰਗ ਤੇ ਕੋਈ ਵੀ ਪੁਲਿਸ ਵਾਲਾ ਨਹੀਂ ਹੁੰਦਾ, ਪਰ ਇੱਥੇ ਕ੍ਰੋਸਿੰਗ ਨੂੰ ਮੋਨੀਟਰ ਕਰਨ ਦੇ ਲਈ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ। ਪਰ ਇਹ ਸੀਸੀਟੀਵੀ ਕੈਮਰੇ ਪੁਲਿਸ ਵਾਲੇ ਮੋਨੀਟਰ ਕਰਦੇ ਹੀ ਤੇ ਪੁਲਿਸ ਵਾਲੇ ਵੇਖ ਲੈਂਦੇ ਆ ਕਿ ਕੋਈ ਬੰਦਾ ਨਿਊ ਸਾਊਥ ਵੇਲਸ ਵਿੱਚੋਂ ਕੁਈਨਸਲੈਂਡ ਵਿੱਚ ਇਲੀਗਲੀ ਐਂਟਰ ਹੋਇਆ। ਪਰ ਇਸ ਟਾਈਮ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਬੰਦਾ ਹੈ ਕੌਣ। ਨਥੈਨੀਅਲ ਟ੍ਰੇਨ ਦੀ ਲੈਂਡ ਕਰੂਜ਼ਰ ਦੇ ਵਿੱਚ ਕੁਝ ਅਨਰਜਿਸਟਰਡ ਵੈਪਨ ਵੀ ਹੁੰਦੇ ਆ। ਮਾੜੀ ਕਿਸਮਤ ਨੂੰ ਉਹਦੀ ਲੈਂਡ ਕਰੂਜ਼ਰ ਇੱਕ ਥਾਂ ਦੇ ਚਿੱਕੜ ਵਿੱਚ ਫਸ ਜਾਂਦੀ ਆ ਤੇ ਨਥੈਨੀਅਲ ਟ੍ਰੇਨ ਆਪਣੀ ਗੱਡੀ ਨੂੰ ਚਿੱਕੜ ਵਿੱਚੋਂ ਕੱਢਣ ਵਿੱਚ ਕਾਮਯਾਬ ਨਹੀਂ ਹੁੰਦਾ ਤੇ ਨਥੈਨੀਅਲ ਆਪਣੀ ਗੱਡੀ ਨੂੰ ਉੱਥੇ ਹੀ ਛੱਡ ਕੇ ਆਪਣੇ ਭਰਾ ਗੈਰਥ ਕੋਲ ਵੀਐਮਵਿਲਾ ਪਹੁੰਚ ਜਾਂਦਾ, ਜਿੱਥੇ ਗੈਰਥ ਆਪਣੀ ਘਰ ਵਾਲੀ ਸਟੇਸੀ ਨਾਲ ਰਹਿੰਦਾ ਸੀ, ਉਹੀ ਸਟੇਸੀ ਜੋ ਪਹਿਲਾਂ ਨਥੈਨੀਅਲ ਦੀ ਘਰ ਵਾਲੀ ਹੁੰਦੀ ਆ। ਪੁਲਿਸ ਨੂੰ ਨਥੈਨੀਅਲ ਦੀ ਲੈਂਡ ਕਰੂਜ਼ਰ ਚਿੱਕੜ ਵਿੱਚ ਫਸੀ ਮਿਲ ਜਾਂਦੀ ਆ ਤੇ ਗੱਡੀ ਵਿੱਚ ਇਲੀਗਲ ਵੈਪਨ ਵੀ ਉਦਾਂ ਹੀ ਪਏ ਹੁੰਦੇ ਆ। ਫਿਰ ਨਿਊ ਸਾਊਥ ਵੇਲਸ ਦੀ ਪੁਲਿਸ ਨਥੈਨੀਅਲ ਖਿਲਾਫ ਵਾਰੰਟ ਇਸ਼ੂ ਕਰਦੀ ਆ ਇਲੀਗਲ ਸਟੇਟ ਬਾਰਡਰ ਨੂੰ ਕ੍ਰੋਸ ਕਰਨ ਦੇ ਲਈ ਤੇ ਆਪਣੀ ਗੱਡੀ ਵਿੱਚ ਇਲੀਗਲ ਵੈਪਨ ਰੱਖ ਕੇ ਟਰਾਂਸਪੋਰਟ ਕਰਨ ਦੇ ਲਈ। ਹੁਣ ਨਥੈਨੀਅਲ ਦਸੰਬਰ 2021 ਤੋਂ ਲੈ ਕੇ ਦਸੰਬਰ 2022 ਵਿੱਚ ਪੁਲਿਸ ਨਾਲ ਹੋਈ ਝੜਪ ਤੱਕ ਵੀਐਮਵਿਲਾ ਵਿੱਚ ਗੈਰਥ ਤੇ ਸਟੇਸੀ ਨਾਲ ਹੀ ਰਹਿੰਦਾ। ਇਹ ਤਿੰਨੋਂ ਲਾਕਡਾਊਨ ਦੇ ਦੌਰਾਨ ਇਸੇ ਪ੍ਰਾਪਰਟੀ ਤੇ ਰਹਿੰਦੇ ਆ ਤੇ ਆਨਲਾਈਨ ਇੰਟਰਨੈਟ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਨਾਲ ਆਪਣੇ ਦਿਮਾਗ ਵਿੱਚ ਜ਼ਹਿਰ ਭਰਨਾ ਸ਼ੁਰੂ ਕਰਦੇ ਆ। ਇੱਥੇ ਇੱਕ ਚੌਥੇ ਬੰਦੇ ਦੀ ਇਸ ਸੀਨ ਵਿੱਚ ਐਂਟਰੀ ਹੁੰਦੀ ਆ। ਇਹ ਬੰਦਾ ਹੁੰਦਾ ਵਾ ਅਮਰੀਕਾ ਦਾ ਸਿਟੀਜ਼ਨ ਡੋਨਲਡ ਡੇ ਜੂਨੀਅਰ। ਅਮਰੀਕਾ ਦੀ ਐਰੀਜ਼ੋਨਾ ਸਟੇਟ ਵਿੱਚ ਰਹਿਣ ਵਾਲਾ ਇਹ ਬੰਦਾ ਆਨਲਾਈਨ ਕੌਨਸਪੀਰੇਸੀ ਥਿਊਰੀਜ਼ ਤੇ ਮਿਸ ਇਨਫੋਰਮੇਸ਼ਨ ਫੈਲਾਉਣ ਦਾ ਕੰਮ ਕਰਦਾ ਸੀ ਤੇ ਇਹਨੇ ਹੀ ਗੈਰਸ ਨਥੈਨੀਅਲ ਤੇ ਸਟੇਸੀ ਦੇ ਦਿਮਾਗ ਵਿੱਚ ਜ਼ਹਿਰ ਘੋਲਣ ਦਾ ਕੰਮ ਕੀਤਾ। ਜੋ ਟੌਪਿਕ ਡੋਨਲਡ ਡੇ ਜੂਨੀਅਰ ਇਹਨਾਂ ਤਿੰਨਾਂ ਨਾਲ ਡਿਸਕਸ ਕਰਦਾ ਸੀ ਉਹਨਾਂ ਵਿੱਚ ਆਉਂਦੇ ਆ ਐਂਟੀ ਵੈਕਸਰਸ, ਕੋਵਿਡ ਵੈਕਸੀਨੇਸ਼ਨ ਵਿੱਚ ਮਾਈਕਰੋਚਿਪ, ਇਲਿਊਮੀਨਾਤੀ, ਗਨ ਕੰਟਰੋਲ, ਕਲਾਈਮੇਟ ਇੰਜੀਨੀਅਰਿੰਗ, ਰੋਥਸਚਾਈਲਡ ਫੈਮਿਲੀ ਤੇ ਐਂਡ ਆਫ ਦਾ ਵਰਲਡ ਦੀਆਂ ਗੱਲਾਂ। ਇਹਨਾਂ ਵਿੱਚੋਂ ਕੁਝ ਟੌਪਿਕ ਤੁਹਾਨੂੰ ਜਾਣੇ ਪਛਾਣੇ ਲੱਗਣਗੇ। ਇਹ ਇਲਿਊਮੀਨਾਤੀ ਵਾਲੀ ਕੈਂਸਰ ਆਪਣੇ ਲੋਕਾਂ ਵਿੱਚ ਵੀ ਫੈਲ ਚੁੱਕੀ ਆ ਤੇ ਲੋਕ ਸੱਚੀ ਯਕੀਨ ਕਰਦੇ ਆ ਕਿ ਇਲਿਊਮੀਨਾਤੀ ਐਗਜ਼ਿਸਟ ਕਰਦੀ ਆ। ਐਰੀਜ਼ੋਨਾ ਵਿੱਚ ਰਹਿਣ ਵਾਲਾ ਡੋਨਲਡ ਡੇ ਜੂਨੀਅਰ ਇੰਟਰਨੈਟ ਤੇ ਪੁਲਿਸ ਵਾਲਿਆਂ ਨੂੰ ਡੈਵਿਲ ਤੇ ਡੀਮਨ ਦੱਸਦਾ ਸੀ ਤੇ ਪੁਲਿਸ ਵਾਲਿਆਂ ਦੇ ਖਿਲਾਫ ਵਾਇਲੈਂਸ ਕਰਨ ਦੀਆਂ ਗੱਲਾਂ ਕਰਦਾ ਸੀ। ਇਹਦੀ ਇਸ ਸਾਰੀ ਆਈਡੀਓਲੋਜੀ ਦਾ ਬੇਸ ਹੈਗਾ ਸੀ ਕ੍ਰਿਸਚੀਐਨਿਟੀ, ਜਿਸ ਕਰਕੇ ਇਸ ਸਾਰੀ ਘਟਨਾ ਨੂੰ ਰਿਲੀਜੀਅਸਲੀ ਮੋਟੀਵੇਟਡ ਹੋਣ ਕਰਕੇ ਟੈਰਰਿਜ਼ਮ ਦਾ ਨਾਮ ਦਿੱਤਾ ਗਿਆ।
ਹੁਣ ਨਿਊ ਸਾਊਥ ਵੇਲਸ ਪੁਲਿਸ ਨੂੰ ਖਬਰ ਮਿਲਦੀ ਆ ਕਿ ਨਥੈਨੀਅਲ ਟ੍ਰੇਨ ਵੀਐਮਬਿਲਾ ਵਿੱਚ ਬੈਠਾ ਆ ਤੇ ਜਿੱਦਣ ਇਹ ਸਾਰਾ ਘਟਨਾਕ੍ਰਮ ਹੁੰਦਾ ਵਾ ਉਦਣ ਸਵੇਰੇ ਨਿਊ ਸਾਊਥ ਵੇਲਸ ਦੀ ਪੁਲਿਸ ਕੁਈਨਸਲੈਂਡ ਪੁਲਿਸ ਨੂੰ ਰਿਕੁਐਸਟ ਕਰਦੀ ਆ ਕਿ ਆਪਣੇ ਕੁਝ ਪੁਲਿਸ ਆਫਿਸਰਸ ਨੂੰ ਵੀਐਮਬਿਲਾ ਘੱਲਿਆ ਜਾਵੇ ਤੇ ਇਸ ਐਡਰੈਸ ਦੇ ਉੱਤੇ ਚੈੱਕ ਕੀਤਾ ਜਾਵੇ ਕਿ ਕੀ ਨਥੈਨੀਅਲ ਟ੍ਰੇਨ ਉੱਥੇ ਹੈਗਾ ਆ ਤੇ ਕੁਈਨਸਲੈਂਡ ਪੁਲਿਸ ਦੇ 4 ਆਫਿਸਰ ਇਸ ਐਡਰੈਸ ਤੇ ਘੱਲੇ ਜਾਂਦੇ ਆ ਤੇ ਇਹਨਾਂ 4 ਆਫਿਸਰਸ ਨੂੰ ਇਹ ਨਹੀਂ ਪਤਾ ਕਿ ਜੋ ਲੋਕ ਇਸ ਐਡਰੈਸ ਤੇ ਰਹਿੰਦੇ ਆ ਉਹ ਜ਼ੋਂਬੀਜ਼ ਬਣ ਚੁੱਕੇ ਆ ਤੇ ਉਹਨਾਂ ਦੇ ਦਿਮਾਗ ਵਿੱਚੋਂ ਸੋਚਣ ਤੇ ਸਮਝਣ ਦੀ ਸ਼ਕਤੀ ਖਤਮ ਹੋ ਚੁੱਕੀ ਆ। ਪੁਲਿਸ ਨੂੰ ਵੇਖ ਕੇ ਇਹਨਾਂ ਤਿੰਨਾਂ ਨੂੰ ਇਦਾਂ ਲੱਗਦਾ ਵਾ ਕਿ ਦੁਨੀਆਂ ਦਾ ਅੰਤ ਹੋਣ ਲੱਗਾ ਤੇ ਜਿਹੜੇ ਕੰਮ ਦੇ ਲਈ ਅਮਰੀਕਾ ਵਿੱਚ ਬੈਠੇ ਡੋਨਲਡ ਡੇ ਜੂਨੀਅਰ ਨੇ ਇਹਨਾਂ ਤਿੰਨਾਂ ਨੂੰ ਤਿਆਰ ਕੀਤਾ ਹੁੰਦਾ ਵਾ ਉਹੀ ਕੰਮ ਇਹਨਾਂ ਤਿੰਨਾਂ ਨੇ ਕੀਤਾ ਤੇ ਪੁਲਿਸ ਵਾਲਿਆਂ ਨੂੰ ਵੇਖਦੇ ਹੀ ਉਹਨਾਂ ਤੇ ਹਮਲਾ ਕਰਤਾ। ਵੀਐਮਬਿਲਾ ਵਿੱਚ ਹੋਏ ਸ਼ੂਟ ਆਊਟ ਤੋਂ ਬਾਅਦ USA ਵਿੱਚ FBI ਵਾਲੇ ਇਨਵੈਸਟੀਗੇਸ਼ਨ ਕਰਦੇ ਆ ਤੇ ਦਸੰਬਰ 2023 ਵਿੱਚ ਇਸ ਬੰਦੇ ਨੂੰ ਐਰੀਜ਼ੋਨਾ ਵਿੱਚ ਅਰੈਸਟ ਕਰ ਲਿਆ ਜਾਂਦਾ ਤੇ ਇਹਦੇ ਤੇ ਚਾਰਜ ਹੁੰਦੇ ਆ ਮਿਸ ਇਨਫੋਰਮੇਸ਼ਨ ਫੈਲਾਉਣਾ ਤੇ ਲੋਕਾਂ ਨੂੰ ਪੁਲਿਸ ਤੇ ਅਥਾਰਟੀ ਦੇ ਖਿਲਾਫ ਵਾਇਲੈਂਸ ਲਈ ਉਕਸਾਉਣਾ। ਤੇ ਤੁਸੀਂ ਰੀਸੈਂਟਲੀ ਨਿਊਜ਼ ਸੁਣੀ ਹੋਣੀ ਆ ਕਿ ਆਸਟ੍ਰੇਲੀਆ ਵਿੱਚ ਟੈਰਰਿਜ਼ਮ ਥ੍ਰੈਟ ਨੂੰ ਪੋਸੀਬਲ ਤੋਂ ਪ੍ਰੋਬੇਬਲ ਕਰ ਦਿੱਤਾ ਗਿਆ। ਇਹਦੇ ਵਿੱਚ ਵੀ ਕੌਨਸਪੀਰੇਸੀ ਥਿਊਰੀਜ਼ ਤੋਂ ਪ੍ਰਭਾਵਿਤ ਹੋਏ ਲੋਕਾਂ ਵੱਲੋਂ ਵਾਇਲੈਂਸ ਦੇ ਵੱਧਦੇ ਖਤਰੇ ਨੂੰ ਇੱਕ ਬੜਾ ਵੱਡਾ ਫੈਕਟਰ ਮੰਨਿਆ ਗਿਆ। ਆਸਟ੍ਰੇਲੀਆ ਦੀ ਨੈਸ਼ਨਲ ਥ੍ਰੈਟ ਲੈਵਲ ਵੈਬਸਾਈਟ ਦੇ ਸਾਫ ਸਾਫ ਸ਼ਬਦਾਂ ਵਿੱਚ ਲਿਖਿਆ ਗਿਆ ਵਾ ਕਿ ਆਸਟ੍ਰੇਲੀਆ ਵਿੱਚ ਟੈਰਰਿਜ਼ਮ ਫਿਊਲਡ ਬਾਈ ਕੌਨਸਪੀਰੇਸੀ ਥਿਊਰੀਜ਼ ਤੇ ਐਂਟੀ ਅਥਾਰਟੀ ਆਈਡੀਓਲੋਜੀਜ਼ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵਾਧਾ ਵੇਖਿਆ ਗਿਆ ਤੇ ਇਹ ਵੀਐਮਬਿਲਾ ਵਿੱਚ ਹੋਈ ਸ਼ੂਟਿੰਗ ਇਹਦੀ ਜੀਂਦੀ ਜਾਗਦੀ ਐਗਜ਼ਾਮਪਲ ਆਪਣੇ ਸਾਹਮਣੇ ਆ। ਬਾਕੀ ਜੇ ਤੁਸੀਂ ਵੀ ਦਿਲਜੀਤ ਨੂੰ ਇਲਿਊਮੀਨਾਤੀ ਦਾ ਬੰਦਾ ਸਮਝਦੇ ਜੇ ਤੇ ਤੁਹਾਡਾ ਵੀ ਰੱਬ ਰਾਖਾ। ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।